ਜਦੋਂ ਮੈਂ ਮੋਬਾਈਲ ਵੇਖਦਾ ਪਿਆ ਸੀਗਾ ਉਦੋਂ ਇੱਕ ਛੋਟੀ ਜਿਹੀ ਬੱਚੀ ਗੁੜੀਆ ਸੀਗੀ ਉਹ ਮੇਰੇ ਕੋਲ ਡੇਲੀ ਫਰੈਂਚ ਫਰਾਈਜ਼ ਖਾਣ ਆਉਂਦੀ ਸੀ ਉਹਨੂੰ ਵੀ ਵੀਡੀਓ ਦੇ ਵਿੱਚ ਜਦੋਂ ਰੋਂਦੇ ਵੇਖਿਆ ਨਾ ਭਾਜੀ ਹੁਣੀ ਮੇਰੇ ਕੋਲ ਡੇਲੀ ਬਿਨ ਨਾਗਾ ਆਉਂਦੇ ਵੀ ਉੱਥੇ ਜਾ ਕੇ ਫਰੈਂਚ ਫਰਾਈਜ਼ ਖਾਣੇ ਤਾਂ ਉਹਦੀ ਵੀਡੀਓ ਵੇਖੀ ਮਨ ਨੂੰ ਬੜਾ ਹੋਇਆ ਕਿ ਜਿੰਨੇ ਕੁ ਜੋਗੇ ਹੈਗੇ ਉਨੇ ਕੁ ਜੋਗਾ ਮਾੜਾ ਮੋਟਾ ਕਰ ਲਈਏ ਪਰ ਇਹ ਹੈ ਕਿ ਜਦੋਂ ਇਹ ਚੀਜ਼ ਵੇਖੀ ਤਾਂ ਜਦੋਂ ਬੰਦਾ ਕਿਤੇ ਸਿਰ 'ਤੇ ਛੱਤ ਨਾ ਹੋਵੇ ਕਿਹੜੇ ਮਾਹੌਲ 'ਚੋਂ ਗੁਜ਼ਰਦਾ ਬੰਦਾ ਉਹ ਚੀਜ਼ ਘੱਟੋ ਘੱਟ 8-10 ਸਾਲ 12 ਸਾਲ ਮੈਂ ਆਪ ਉਹਨਾਂ ਚੀਜ਼ਾਂ 'ਚੋਂ ਨਿਕਲਦਾ ਆ ਰਿਹਾ ਸੀ ਘਰ ਬਣਾਉਣੇ ਬਹੁਤ ਔਖੇ ਹੈਗੇ ਸਤਨਾਮ ਵਾਹਿਗੁਰੂ ਹਾਂਜੀ ਸਹਿਜ ਜੀ ਜਿਹੜਾ ਤੁਸੀਂ ਇੱਥੇ ਲਤੀਫਪੁਰ ਪਹੁੰਚੇ ਉਹਦੇ ਬਾਰੇ ਦੱਸ ਦਿਓ ਸੇਵਾ ਦੇ ਲਈ ਬਸ ਸੇਵਾ ਕਰਨ ਦਾ ਮਨ ਸੀਗਾ ਤਾਂ ਆਏ ਹਾਂ ਜੀ ਅਸੀਂ ਕਿਸ ਤਰ੍ਹਾਂ ਦੀ ਸੇਵਾ ਤੁਸੀਂ ਇੱਥੇ ਨਿਭਾਉਣੇ ਪਹੁੰਚੇ ਸੇਵਾ ਪੀਜ਼ੇ ਆਪਾਂ ਲੈ ਕੇ ਆਏ ਸੀਗੇ ਦੁਕਾਨ 'ਤੇ ਜਿਹੜੇ ਪੀਜ਼ਾ ਆਪਾਂ ਕੁੱਲਰ ਪੀਜ਼ਾ ਵੇਚੀ ਦਾ ਬਸ ਉਹੀ ਇੱਥੇ ਸੇਵਾ ਵਾਸਤੇ ਵਰਤਾਨ ਲਈ ਲੈ ਕੇ ਆਏ ਹਾਂ ਲੰਗਰ 'ਚ ਕਿਸ ਤਰ੍ਹਾਂ ਦਿਲ ਜਦੋਂ ਤਸਵੀਰਾਂ ਦੇਖੀਆਂ ਕਿਸ ਤਰ੍ਹਾਂ ਦਾ ਸਾਡੇ ਦਿਲ 'ਚ ਦੌੜਨ ਵਾਲੀ ਤਸਵੀਰਾਂ ਆਈਆਂ ਸੀਗੀਆਂ ਉਸ ਸਮੇਂ ਹਾਂਜੀ ਕਾਫੀ ਰੋਂਦੇ ਰੋਂਦੇ ਸੰਗਤ ਨੂੰ ਦੇਖ ਕੇ ਇੱਦਾਂ ਉਹੀ ਚੀਜ਼ਾਂ ਆਪਣੇ ਆਪ 'ਤੇ ਮਹਿਸੂਸ ਕਰੀਦੀਆਂ ਕਿਉਂਕਿ ਮੈਨੂੰ ਵੀ ਜ਼ਿਆਦਾ ਟਾਈਮ ਨਹੀਂ ਹੋਇਆ ਮੈਂ ਹੁਣ ਵੀ ਕਿਨਮ ਲੈਂਦੇ ਹੈਗੇ ਮਕਾਨ ਜਿਹੜੇ 'ਚ ਰਹਿਣਾ ਮੈਂ ਆਪ ਸਗੋਂ ਕਿਸ਼ਤਾਂ 'ਤੇ ਲੈ ਰਿਹਾ ਪਰ ਇਹ ਹੈ ਕਿ ਜਦੋਂ ਇਹ ਚੀਜ਼ ਵੇਖੀ ਤਾਂ ਜਦੋਂ ਬੰਦਾ ਕਿਤੇ ਸਿਰ 'ਤੇ ਛੱਤ ਨਾ ਹੋਵੇ ਕਿਹੜੇ ਮਾਹੌਲ 'ਚੋਂ ਗੁਜ਼ਰਦਾ ਬੰਦਾ ਉਹ ਚੀਜ਼ ਘੱਟੋ ਘੱਟ 8-10 ਸਾਲ 12 ਸਾਲ ਮੈਂ ਆਪ ਉਹਨਾਂ ਚੀਜ਼ਾਂ 'ਚੋਂ ਨਿਕਲਦਾ ਆ ਰਿਹਾ ਸੀ ਬਹੁਤ ਬਣਾਉਣੇ ਔਖੇ ਮਕਾਨ ਘਰ ਬਣਾਉਣੇ ਬਹੁਤ ਔਖੇ ਹੈਗੇ ਆ ਸਰਕਾਰਾਂ ਵੱਲੋਂ ਜਿਹੜੇ ਕਹਿਟ ਆਇਆ ਗਿਆ ਇਹਨਾਂ ਲੋਕਾਂ ਉਹ ਤੋਂ ਉਸ ਬਾਰੇ ਕੀ ਕਹਿਣਾ ਚਾਹੁੰਦੇ ਮਾੜਾ ਹੋਇਆ ਜੀ ਜੋ ਵੀ ਹੈ ਮਾੜਾ ਹੋਇਆ ਵਾ ਬਹੁਤ ਮਾੜਾ ਘਰ ਬਣਾਉਣਾ ਬੜਾ ਔਖਾ ਬਸ ਮੈਂ ਇਸ ਤੋਂ ਜ਼ਿਆਦਾ ਕੁਛ ਨਹੀਂ ਕਹਿੰਦਾ ਘਰ ਬਹੁਤ ਵੱਡੀ ਚੀਜ਼ ਹੁੰਦੀ ਹੈ ਕਹਿੰਦੇ ਕੁਛ ਨਾ ਹੋਵੇ ਬੰਦੇ ਕੋਲ ਘਰ ਹੋਵੇ ਅਤੇ ਬੰਦਾ ਉਹਨੂੰ ਇਹ ਕਿ ਮੇਰੇ 'ਤੇ ਰੱਬ ਦੀ ਦਿੱਤੀ ਸਿਰ 'ਤੇ ਛੱਤ ਹੈਗੀ ਹੈ ਇੰਨਾ ਹੀ ਸ਼ੁਕਰ ਕਰਦਾ ਰੱਬ ਕੀ ਘੱਟੋ ਘੱਟ ਸਿਰ 'ਤੇ ਛੱਤ ਹੈਗੀ ਹੈ ਜੇ ਸਿਰ 'ਤੇ ਛੱਤ ਨਾ ਹੋਵੇ ਤਾਂ ਬੰਦਾ ਕਿਸੇ ਪਾਸੇ ਜਾਣ ਜੋਗਾ ਨਹੀਂ ਰਹਿ ਜਾਂਦਾ ਤੇ ਕਿਹੜਾ ਲੈ ਕੇ ਆਏ ਸੇਵਾ ਕਰਨਾ ਹੋਇਆ ਇਹ ਕਿਸ ਤਰੀਕੇ ਨਾਲ ਪਿਆ ਵੀਡੀਓ ਵੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਜੀ ਵੀਰ ਜੀ ਜਿਹੜੀ ਆਪਣੇ ਇੱਥੇ ਲੈ ਸੇਵਾ ਕਰਨ ਆਏ ਹੈਗੇ ਉਹ ਕਿਸ ਤਰੀਕੇ ਨਾਲ ਮੋਟੀਵੇਟ ਮਿਲਿਆ ਜਾਂ ਕੀ ਪ੍ਰੇਰਿਤ ਮੋਟੀਵੇਸ਼ਨ ਭਾਜੀ ਪਤਾ ਕੀ ਹੈ ਮੈਂ ਨਾ ਕੱਲ ਰਾਤੀ ਇੱਕ ਇੰਟਰਵਿਊ ਵੇਖਿਆ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਮੇਰੇ ਹੀ ਬਿਨਾਂ ਗੱਲ ਤੋਂ ਮੈਨੂੰ ਹੀ ਬੜਾ ਮੈਂ ਹੀ ਬੜਾ ਪਰੇਸ਼ਾਨ ਹੋ ਰਿਹਾ ਸੀ ਤੁਹਾਨੂੰ ਪਤਾ ਪਿੱਛੇ ਕਾਫੀ ਚੀਜ਼ਾਂ ਤੁਸੀਂ ਦੇਖੀਆਂ ਹੋਣੀਆਂ ਤਾਂ ਉਹਦੇ ਕਰਕੇ ਫਿਰ ਇੰਨਾ ਕਦੇ ਧਿਆਨ ਨਹੀਂ ਦੇ ਪਾਇਆ ਕੱਲ ਰਾਤੀ ਜਦੋਂ ਮੈਂ ਮੋਬਾਈਲ ਵੇਖਦਾ ਪਿਆ ਸੀਗਾ ਉਦੋਂ ਇੱਕ ਛੋਟੀ ਜਿਹੀ ਬੱਚੀ ਗੁੜੀਆ ਸੀਗੀ ਉਹ ਮੇਰੇ ਕੋਲ ਡੇਲੀ ਫਰੈਂਚ ਫਰਾਈਜ਼ ਖਾਣ ਆਉਂਦੀ ਸੀ ਉਹਨੂੰ ਵੀ ਵੀਡੀਓ ਦੇ ਵਿੱਚ ਜਦੋਂ ਰੋਂਦੇ ਵੇਖਿਆ ਨਾ ਭਾਜੀ ਹੁਣੀ ਮੇਰੇ ਕੋਲ ਡੇਲੀ ਬਿਨ ਨਾਗਾ ਆਉਂਦੇ ਵੀ ਉੱਥੇ ਜਾ ਕੇ ਫਰੈਂਚ ਫਰਾਈਜ਼ ਖਾਣੇ ਤਾਂ ਉਹਦੀ ਵੀਡੀਓ ਵੇਖੀ ਮਨ ਨੂੰ ਬੜਾ ਹੋਇਆ ਕਿ ਜਿੰਨੇ ਕੁ ਜੋਗੇ ਹੈਗੇ ਉਨੇ ਕੁ ਜੋਗਾ ਮਾੜਾ ਮੋਟਾ ਕਰ ਲਈਏ ਬਸ ਇਸ ਕਰਕੇ ਸੇਵਾ ਕਰਨ ਆਏ ਇਹੋ ਜਿਹੇ ਜਿਹੜਾ ਆਪਣੇ ਸਾਰੀ ਇਮੇਜ ਸੀਗੀ ਜੋ ਇੱਥੇ ਮਾਹੌਲ ਬਣਿਆ ਹੈਗਾ ਇਹ ਸਿੰਘੂ ਬਾਰਡਰ ਦੇ ਦੇਖਣ ਨੂੰ ਮਿਲਦਾ ਸੀਗਾ ਹਾਂਜੀ ਉਹੀ 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 ਮਾਹੌਲ ਹੋਇਆ ਪਿਆ ਸੀ